ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਮੰਦਰ ਸਾਹਿਬ ਉੱਤੇ ਹੋਏ ਹਮਲੇ ਬਾਰੇ ਇੱਕ ਵਾਰ ਫਿਰ ਤੋਂ ਕਾਂਗਰਸ ਉੱਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਨੇ ਜਗਦੀਸ਼ ਟਾਈਟਲਰ ਦੇ ਹਮਲੇ ਵਿੱਚ ਕੋਈ ਹੱਥ ਨਾ ਹੋਣ ਦੇ ਬਿਆਨ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਬੋਲਦਿਆਂ ਹੋਏ ਕਿਹਾ ਹੈ ਕਿ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਵਿੱਚ ਕਾਂਗਰਸ ਅਤੇ ਉਸ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਸੀ। ਜਿੰਨੇ ਵੀ ਲਿਖਾਰੀ ਜਾਂ ਕਮਿਸ਼ਨਾਂ ਮੁਕਰਰ ਹੋਈਆਂ, ਇੱਕ ਉਹਦੇ 'ਚ ਬੜਾ ਸਪਸ਼ਟ ਹੋ ਕੇ ਗੱਲ ਆਈ ਹੈ, ਹੈ ਵੀ ਠੀਕ ਕਿ ਕਾਂਗਰਸ ਪਾਰਟੀ ਨੇ ਬੜੇ ਪਲੈਨ ਤਰੀਕੇ ਨਾਲ ਆਪਣੇ ਵਰਕਰ ਲੀਡਰ ਔਰ ਐਡਮਿਨਿਸਟ੍ਰੇਸ਼ਨ ਉਹਦੇ ਨਾਲ ਕੀਤਾ। ਇਹ ਤਾਂ ਸਾਰਿਆਂ ਨੂੰ ਪਤਾ, ਕੋਈ ਦਿੱਲੀ ਦਾ ਤਾਂ ਕੋਈ ਬੰਦਾ ਨਹੀਂ ਜਿਹਨੂੰ ਨਹੀਂ ਪਤਾ।